ਫਿਰੋਜ਼ਪੁਰ ਦੇ ਸਰਹੱਦੀ ਪਿੰਡ ਜੱਲੋਕੇ ਤੋਂ ਕਾਬੂ ਕੀਤੀ ਗਈ 2 ਕਿਲੋ ਹੈਰੋਇਨ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਮਾਮਲਾ ਕੀ ਹੈ ਮੈਂ ਪੂਰਾ ਇਸ ਦੱਸਾਂਗਾ ਤਾਂ ਦਰਸਲ ਕੀ ਹੈ ਕਿ ਬੀਤੀ ਰਾਤ ਫਿਰੋਜ਼ਪੁਰ ਦੇ ਇਸ ਪਿੰਡ ਦੇ ਵਿੱਚ ਸਥਾਨਕ ਲੋਕਾਂ ਨੇ ਪੁਲਿਸ ਦੀ ਵਰਦੀ ਦੇ ਵਿੱਚ ਦੋ ਮੁਲਾਜ਼ਮ ਫੜੇ ਪੰਜਾਬ ਪੁਲਿਸ ਦੇ BSF ਦੇ ਹਵਾਲੇ ਕਰ ਦਿੱਤੇ ਉਸ ਸਮੇਂ ਦਾਵਾ ਕੀਤਾ ਗਿਆ ਸੀ ਕਿ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਡਰਗ ਦੀ ਸਪਲਾਈ ਲੈਣ ਦੇ ਲਈ ਆਏ ਹੋਏ ਸੀ ਇਹਨਾਂ ਦੀ ਵਰਦੀ ਤੋਂ ਇੱਕ ਸਬ ਇੰਸਪੈਕਟਰ ਤੇ ਦੂਸਰਾ ਹੌਲਦਾਰ ਲੱਗ ਰਿਹਾ ਸੀ BSF ਦੇ ਜਵਾਨਾਂ ਨੇ ਇਹਨਾਂ ਤੋਂ ਪੁੱਛਗਛ ਕੀਤੀ ਤੇ ਦੋ ਪੈਕਟ ਹੈਰੋਇਨ ਵੀ ਕੱਢੇ ਇਹਨਾਂ ਦੇ ਕੋਲੋਂ ਇਹ ਦੋ ਪੈਕਟ ਹੈਰੋਇਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਕਾਰ ਦੇ ਟਾਇਰ ਨੇੜੋ ਬੰਪਰ ਦੇ ਵਿੱਚੋਂ ਬਰਾਮਦ ਕੀਤੇ ਐ ਇਸ ਤੋਂ ਬਾਅਦ ਜਲੰਧਰ ਦੇ SSP ਸੋ ਗੁਵਿੰਦਰ ਸਿੰਘ ਦਿਹਾਤ ਜੋ ਜਲੰਧਰ ਐਸਐਸਪੀ ਹੈਗੇ ਨੇ ਉਹਨਾਂ ਦਾ ਫਿਰ ਇੱਕ ਬਿਆਨ ਸਾਹਮਣੇ ਆ ਜਾਂਦਾ ਤੇ ਇਸ ਬਿਆਨ ਨੇ ਸਾਰੀ ਕਹਾਣੀ ਬਦਲ ਦਿੱਤੀ ਹੈ ਪੂਰਾ ਟਵਿਸਟ ਜਿਹੜਾ ਆ ਉਹ ਇਸ ਬਿਆਨ ਦੇ ਕਰਕੇ ਆਇਆ ਮੈਂ ਤੁਹਾਨੂੰ ਦੱਸਦਾ ਕਿ ਇਹ ਬਿਆਨ ਬੀਐਸਐਫ ਦੇ ਜਵਾਨਾਂ ਨੂੰ ਉਹਨਾਂ ਨੇ ਕਿਹਾ ਕਿ ਗਲਤਫਹਿਮੀ ਹੋਈ ਹੈ ਸਾਡੇ ਮੁਲਾਜ਼ਮਾਂ ਨੂੰ ਇਨਪੁਟ ਮਿਲੀ ਸੀ ਤੇ ਇਨਪੁਟ ਦੇ ਆਧਾਰ ਦੇ ਉੱਪਰ ਹੈਰੋਇਨ ਰਿਕਵਰ ਕਰਨ ਗਏ ਸੀ ਇੱਕ ਵਾਰ ਸੁਣਦੇ ਹਾਂ ਹੋਰ ਕੀ ਕਹਿ ਰਹੇ ਨੇ ਜਲੰਧਰ ਦਿਹਾਤ ਦੇ ਐਸਐਸਪੀ ਗਰੁੱਪ ਜਿਹੜਾ ਸੀਗਾ 50 ਕਿਲੋ ਦੇ ਕਰੀਬ ਹੈਰਨ ਬਾਣੀ ਦੇ ਰੂਟਰਾਂ ਹੀ ਲੈ ਕੇ ਆਇਆ ਸੀ ਔਰ ਜਿਹੜਾ ਇਹਨਾਂ ਦੇ ਵਿੱਚ ਮੇਨ ਕਿੰਗ ਪਿੰਨ ਜਿਹੜਾ ਮਲਕੀਤ ਕਾਲੀ ਨਿਕਲ ਕੇ ਆਇਆ ਸੀਗਾ ਮਲੂਛੀਚ ਕੀਤੀ ਗਈ ਤਾਂ ਇਹਨੇ ਦੱਸਿਆ ਵੀ ਅਗਰ ਅੱਜ ਸ਼ਾਮ ਤੱਕ ਤੁਸੀਂ ਰਿਕਵਰੀ ਕਰ ਲੋਗੇ ਤੇ ਤੁਹਾਨੂੰ 2 ਕਿਲੋ ਮੇਰੇ ਪਿੰਡ ਦੇ ਵਿੱਚ ਜਿਹੜੀ ਮੈਂ ਦਬਾਸ਼ ਪਾ ਕੇ ਰੱਖੀ ਹੈ ਉਹ ਬਰਾਮਦ ਹੋ ਸਕਦੀ ਹੈ ਆਦਰਵਾਇਸ ਜਿਹੜੇ ਮੇਰੇ ਸਾਥੀ ਨੇ ਕੁਝ ਉੱਥੋਂ ਨੇ ਸਮਗਲ ਉਹ ਉਹਨੂੰ ਪੁੱਟ ਕੇ ਲਿਜਾ ਸਕਦੇ ਸਾਡੇ ਉੱਥੇ ਪਾਰਟੀ ਪੁਲਿਸ ਪਾਰਟੀ ਉੱਥੇ ਗਈ ਇਹ ਉਹਨਾਂ ਨੇ 2 ਕਿਲੋ ਹੈਰਨ ਜਿਹੜੀ ਹੈ ਰਿਕਵਰ ਕੀਤੀ రికవర్ ਕਰਨ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਪਤਾ ਲੱਗਿਆ ਵੀ ਜਿਹੜੀ ਸਾਢੇ 25 ਦੀ 25 ਕਿਲੋ ਰਿਕਵਰੀ ਹੈ ਸਾਰੀ ਪੁਲਿਸ ਨੇ ਕਰ ਲਈ ਹੈ 1 ਗ੍ਰਾਮ ਵੀ ਸਾਡੇ ਕੋਲ ਵੇਚਣ ਲਈ ਨਹੀਂ ਬਚੀ ਤਾਂ ਉਹਨਾਂ ਨੇ ਸੋਚਿਆ ਵੀ ਪੁਲਿਸ ਤੋਂ ਇਹ ਖੋਲ ਹੀ ਜਾਵੇ ਔਰ ਜਦੋਂ ਇਹ ਲੋਕੀ ਉਹਨਾਂ ਦੇ ਪਿੱਛੇ ਲੱਗੇ ਤਾਂ ਉਹਨਾਂ ਨੂੰ ਆਪ ਦੇ ਗਵਰਨਰਟ ਚਿਪਾ ਲਿਆ ਸੀਗਾ ਔਰ ਅੱਗੇ ਜਾ ਕੇ ਜਦੋਂ ਉਹਨਾਂ ਨੇ ਦੇਖਿਆ ਬੀਐਸਐਫ ਦਾ ਨਾਕਾ ਲੱਗਿਆ ਸੀ ਉੱਥੇ ਉਹਨਾਂ ਨੇ ਗੱਡੀ ਖੜੀ ਕੀਤੀ ਹੁਣ ਸਵਾਲ ਇਹ ਖੜਾ ਹੁੰਦਾ ਵੀ ਜੇਕਰ ਹੈਰੋਇਨ ਰਿਕਵਰ ਹੋਈ ਤਾਂ ਫਿਰ ਮੁਲਾਜ਼ਮਾਂ ਨੂੰ ਸ਼ਾਨੋ ਸ਼ੌਕਤ ਦੇ ਨਾਲ ਬਾਹਰ ਆਉਣਾ ਚਾਹੀਦਾ ਸੀ ਫਿਰ ਗੱਡੀ ਦੇ ਵਿੱਚ ਬੈਠਾ ਇੱਕ ਮੁਲਾਜ਼ਮ ਮੂੰਹ ਕਿਉਂ ਟੱਕ ਰਿਹਾ ਸੀ ਇਹ ਵੀ ਪੁਆਇੰਟ ਹੈ ਕਿ ਰਿਕਵਰ ਕੀਤੀ ਗਈ ਹੈਰੋਇਨ ਨੂੰ ਤਸਕਰਾਂ ਵਾਂਗ ਕਿਉਂ ਲੈ ਕੇ ਜਾ ਰਹੇ ਲੈ ਕੇ ਜਾ ਰਹੇ ਸੀ ਕਾਰ ਦੇ ਬੋਨਟ ਦੇ ਵਿੱਚ ਪੈਕੇਟ ਕਿਉਂ ਲੁਕਾਏ ਸੀ ਕੀ ਪਿੰਡ ਵਾਲਿਆਂ ਨੇ ਵਾਕੀ ਖੋਲਣੀ ਸੀ ਪੰਜਾਬ ਪੁਲਿਸ ਦਾ ਇੰਨਾ ਵੀ ਦਮਖੰਮ ਨਹੀਂ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਜਿਹੜਾ ਆਪਰੇਸ਼ਨ ਹੈ ਪੰਜਾਬ ਪੁਲਿਸ ਦਾਵਾ ਕਰ ਰਹੀ ਹੈ ਕਿ ਬੀਐਸਐਫ ਫਿਰੋਜ਼ਪੁਰ ਦੀ ਜਿਹੜੀ ਸਪੈਸ਼ਲ ਯੂਨਿਟ ਹੈ ਬੀਐਸਐਫ ਦੀ ਪੰਜਾਬ ਪੁਲਿਸ ਦੀ ਡਰੱਗ ਦੇ ਖਿਲਾਫ ਜੋ ਬਣਾਈ ਹੋਈ ਹੈ ਤੇ ਨਾਲ ਦੀ ਨਾਲ ਜਲੰਧਰ ਦੇ ਹਾਥ ਪੁਲਿਸ ਦੀ ਤਾਂ ਫਿਰ ਅਜਿਹੇ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਵੱਖਰੇ ਕਿਉਂ ਜਾ ਰਹੇ ਸੀ ਜੇਕਰ ਸਾਂਝਾ ਆਪਰੇਸ਼ਨ ਹੈ ਵੈਸੇ ਸਵਾਲ ਤਾਂ ਕਈ ਖੜੇ ਹੁੰਦੇ ਆ ਪਰ ਪੰਜਾਬ ਪੁਲਿਸ ਨੇ ਇਸ ਤੇ ਜਵਾਬ ਵੀ ਦੇ ਦਿੱਤਾ ਹੈ ਐਕਸ ਪਲੇਟਫਾਰਮ ਦੇ ਉੱਪਰ ਟਵੀਟ ਕੀਤਾ ਹੈ ਬੀਐਸਐਫ ਅਤੇ ਐਸਐਸਓਪੀ ਐਸਐਸਓਸੀ ਫਾਜ਼ਿਲਕਾ ਨੇ ਜਲੰਧਰ ਦਿਹਾਤੀ ਪੁਲਿਸ ਦੁਆਰਾ ਸਾਂਝੇ ਕੀਤੇ ਗਏ ਇਨਪੁਟ ਤੇ ਕਾਰਵਾਈ ਕਰਦਿਆਂ 1.7 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਹੈ ਮਲਕੀਤ ਕਾਲੀ ਅਤੇ ਉਸਦੇ ਸਾਥੀਆਂ ਨੇ ਸਾਥੀਆਂ ਦੇ ਕਬਜ਼ੇ ਤੋਂ ਹੁਣ ਤੱਕ 24.7 ਕਿਲੋ ਹੈਰੋਇਨ ਬਰਾਮਦ ਕਰ ਲਈ ਗਈ ਹੈ ਐਸਐਸਓਸੀ ਫਾਜ਼ਿਲਕਾ ਵਿਖੇ ਐਫਆਈਆ ਦਰਜ ਕੀਤੀ ਗਈ ਹੈ ਇੱਤੋਂ ਹੁਣ ਪੰਜਾਬ ਪੁਲਿਸੇ ਦਾਵਾ ਕਰ ਰਹੀ ਹੈ ਕਿ ਬੀਐਸਐਫ ਤੇ ਫਾਜ਼ਿਲਕਾ ਦੀ ਜਿਹੜੀ ਯੂਨਿਟ ਹੈ ਪੰਜਾਬ ਪੁਲਿਸ ਦੀ ਇਹਨਾਂ ਦੇ ਸਾਂਝੇ ਆਪਰੇਸ਼ਨ ਦੇ ਨਾਲ ਨਾਲ ਦੇਹਾਤ ਜਲੰਧਰ ਦੀ ਪੁਲਿਸ ਦੇ ਸਾਂਝਾ ਆਪਰੇਸ਼ਨ ਹੋਇਆ ਸੀ ਜੇਕਰ ਸਾਂਝਾ ਆਪਰੇਸ਼ਨ ਹੋਇਆ ਸੀ ਤੇ ਫਿਰ ਬੀਐਸ ਪੰਜਾਬ ਪੁਲਿਸ ਦੇ ਦੋ ਜਵਾਨ ਆਪਣੀ ਵੱਖਰੀ ਕਾਰ ਦੇ ਵਿੱਚ ਕਿਉਂ ਜਾ ਰਹੇ ਸੀ ਪੀਵੀ 8 ਨੰਬਰ ਗੱਡੀ ਜਲੰਧਰ ਦੀ ਹੈ ਤਾਂ ਉਸ ਦੇ ਵਿੱਚ ਕਿਉਂ ਜਾ ਰਹੇ ਸੀ ਜੇਕਰ ਜਾ ਰਹੇ ਸੀ ਵਾਕਈ ਪੰਜਾਬ ਪੁਲਿਸ ਦੇ ਮਗਰ ਜਿਵੇਂ ਐਸਐਸਪੀ ਦੱਸ ਰਿਹਾ ਕਿ ਪਿੰਡ ਦੇ ਲੋਕ ਲੱਗੇ ਜਾਂ ਫਿਰ ਤਸਕਰ ਲੱਗੇ ਤਾਂ ਫਿਰ ਕੀ ਵਾਕਈ ਉਹਨਾਂ ਨੂੰ ਕੋਈ ਸੁਰੱਖਿਆ ਨਹੀਂ ਮਿਲੀ ਪੰਜਾਬ ਪੁਲਿਸ ਦੇ ਦੋਵਾਂ ਮੁਲਾਜ਼ਮਾਂ ਨੂੰ ਪਰ ਇੱਥੇ ਸਵਾਲ ਕਈ ਖੜੇ ਹੁੰਦੇ ਨੇ ਤੇ ਪੰਜਾਬ ਹੁਣ ਕਿਹੜਾ ਪੱਖ ਸਹੀ ਹੈ ਕੀ ਸਮਝਿਆ ਜਾਵੇ ਬੀਐਸਐਫ ਦਾ ਜਾਂ ਫਿਰ ਪੰਜਾਬ ਪੁਲਿਸ ਦਾ ਤਸਵੀਰਾਂ ਜੋ ਬਿਆਨਕਾਰੀਆਂ ਨੇ ਉਹ ਸਾਫ਼ ਹੈ ਕਿ ਚਿੱਟੇ ਦੀ ਆੜ ਦੇ ਵਿੱਚ ਦਾਲੀ ਪੂਰੀ ਕਾਲੀ ਹੈ